ਬੀਤੇ ਦਿਨ ਖਰੜ ਦੀ ਦਰਪਣ ਸਿਟੀ ਚ ਤੁਸ਼ਾਰ ਨਾਮ ਦੇ ਨੌਜਵਾਨ ਦਾ ਮਰਡਰ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਤੇ ਹੁਣ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਤੇ ਦੋਸ਼ੀਆਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਵੀ ਲੈ ਲਿਆ। ਇਹ ਮਰਡਰ ਉਸਦੀ ਗਰਲਫ੍ਰੈਂਡ ਤੇ ਉਸਦੇ ਦੋਸਤ ਦੋਵਾਂ ਨੇ ਰਲ ਕੇ ਕੀਤਾ। ਦੋਸ਼ੀਆਂ ਨੇ ਆਪਣਾ ਜ਼ੁਰਮ ਕਬੂਲ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਨੇ ਤੇ ਦੱਸਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ। ਕਤਲ ਦੀ ਰਾਤ ਇਹ ਤਿੰਨੋਂ ਤੁਸ਼ਾਰ, ਉਸਦੀ ਗਰਲਫ੍ਰੈਂਡ ਤਮੰਨਾ ਤੇ ਉਸਦਾ ਦੋਸਤ ਅਮਨ ਬੈਠ ਕੇ ਤੁਸ਼ਾਰ ਦੇ ਫਲੈਟ ਦੇ ਵਿੱਚ ਸ਼ਰਾਬ ਪੀ ਰਹੇ ਸਨ ਤੇ ਫਿਰ ਇਹਨਾਂ ਤਿੰਨਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋਈ ਤੇ ਲੜਾਈ ਇਸ ਕਦਰ ਵਧੀ ਕਿ ਦੋਸ਼ੀਆਂ ਨੇ ਘਰ 'ਚ ਰੱਖਿਆ ਸਿਲੰਡਰ ਹੀ ਤੁਸ਼ਾਰ ਦੇ ਸਿਰ ਦੇ ਵਿੱਚ ਮਾਰ ਦਿੱਤਾ ਤੇ ਉਸਦੀ ਲਾਸ਼ ਨੂੰ ਬੈੱਡ 'ਤੇ ਰੱਖ ਕੇ ਆਪ ਦੋਵੇਂ ਫਰਾਰ ਹੋ ਗਏ। ਤਮੰਨਾ ਜੋ ਹਰਿਆਣਾ ਦੀ ਰਹਿਣ ਵਾਲੀ ਹੈ, ਉਹ ਤੁਸ਼ਾਰ ਨਾਲ ਪਿਛਲੇ 8 ਮਹੀਨੇ ਤੋਂ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ, ਪਰ ਤੁਸ਼ਾਰ ਨੂੰ ਲੱਗਦਾ ਸੀ ਕਿ ਉਹਨਾਂ ਦਾ ਦੋਸਤ ਅਮਨ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ, ਜਿਸ ਕਾਰਨ ਵਿਵਾਦ ਵਧਿਆ ਤੇ ਤੁਸ਼ਾਰ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਗਏ। ਪਰ ਹੁਣ ਤਮੰਨਾ ਤੇ ਅਮਨ ਨੂੰ ਪੁਲਿਸ ਨੇ ਚੰਡੀਗੜ੍ਹ ਦੇ ਨਵਾਂਗਾਉਂ ਤੋਂ ਗ੍ਰਿਫਤਾਰ ਕਰ ਲਿਆ। ਬੇਸਿਕਲੀ ਜੀ, ਇਨਵੈਸਟੀਗੇਸ਼ਨ 'ਚ ਇਹੀ ਸਾਹਮਣੇ ਆਇਆ ਕਿ ਪਰਸੋਂ ਰਾਤ ਇਹ ਜਿਹੜੇ ਤਿੰਨੋਂ ਸੀਗੇ ਵਿਕਟਿਮ ਤੇ ਦੋਨੋਂ ਅਕਿਊਜ਼ਡ ਇਕੱਠੇ ਹੀ ਸੀਗੇ, ਉੱਥੇ ਫਲੈਟ 'ਤੇ ਹੀ ਬੈਠੇ ਸੀਗੇ। ਉਸ ਤੋਂ ਬਾਅਦ ਰਾਤ ਨੂੰ ਲੇਟ ਨਾਈਟ, ਮਤਲਬ ਅਰਲੀ ਮਾਰਨਿੰਗ, ਕੱਲ੍ਹ ਸੁਬਹਾ 4-5 ਵਜੇ ਦੇ ਕਰੀਬ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਜ਼ਿਆਦਾ ਬਹਿਸਬਾਜ਼ੀ ਹੋਈ ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਦੋਨੋਂ ਅਕਿਊਜ਼ ਨੇ ਜਿਹੜਾ ਤੁਸ਼ਾਰ ਨਾਮ ਦਾ ਲੜਕਾ ਇਹਦਾ ਕਤਲ ਕਰ ਦਿੱਤਾ। ਰੀਜ਼ਨ ਸਾਹਮਣੇ ਆਇਆ ਸਰ, ਕਿਉਂ ਰੀਜ਼ਨ ਰਿਹਾ ਕਿ ਇਹਨਾਂ ਬੇਰਹਿਮੀ ਦੇ ਨਾਲ ਮਰਡਰ ਕੀਤਾ? ਦੇਖੋ, ਪ੍ਰੀਲਿਮਿਨਰੀ ਕੁਐਸਚਨਿੰਗ ਦੇ ਵਿੱਚ ਇਹੀ ਗੱਲ, ਦੋ ਚੀਜ਼ਾਂ ਸਾਹਮਣੇ ਆਈਆਂ ਜੀ। ਇੱਕ ਤਾਂ ਕੋਈ ਇਹਨਾਂ ਦਾ ਆਪਸ 'ਚ ਫਾਈਨੈਂਸ਼ੀਅਲ ਡਿਸਪਿਊਟ ਸੀਗਾ ਜਿਹੜਾ ਤੁਸ਼ਾਰ ਆ ਅਤੇ ਅਮਨ ਆ, ਅਤੇ ਸੈਕਿੰਡਲੀ ਜਿਹੜੀ ਲੜਕੀ ਹੈਗੀ ਅਕਿਊਜ਼ ਤਮੰਨਾ ਅਤੇ ਉਹ ਤੁਸ਼ਾਰ, ਉਹ ਦੋਨੋਂ ਆਪਸ 'ਚ ਇਕੱਠੇ ਰਹਿੰਦੇ ਸੀ ਕੁਛ ਟਾਈਮ ਤੋਂ, ਉਹਨਾਂ ਦੇ ਵਿੱਚ ਆਪਸ 'ਚ ਸਟ੍ਰੇਨਡ ਰਿਲੇਸ਼ਨ ਸੀਗੇ ਅਤੇ ਉਹ ਜਿਹੜਾ ਤੁਸ਼ਾਰ ਆ ਉਹ ਐਲੀਗੇਸ਼ਨ ਇਸ ਜਿਹੜਾ ਤੀਜਾ ਮੁੰਡਾ ਅਮਨ ਆ ਇਹਦੇ 'ਤੇ ਇਹੀ ਐਲੀਗੇਸ਼ਨ ਲਾ ਰਿਹਾ ਸੀ ਕਿ ਤੂੰ ਸਾਡੀ ਲਾਈਫ ਦੇ ਵਿੱਚ ਇੰਟਰਫੇਅਰ ਕਰ ਰਿਹਾ, ਉਸੇ ਗੱਲ ਨੂੰ ਲੈ ਕੇ ਇਹਨਾਂ ਦੀ ਤਕਰਾਰਬਾਜ਼ੀ ਹੋਈ। ਤਾਂ ਪਹਿਲਾਂ ਵੀ ਕੋਈ ਬਹਿਸਬਾਜ਼ੀ ਹੋਈ ਹੈ, ਕੋਈ ਪੁਲਿਸ ਸਟੇਸ਼ਨ 'ਚ ਕੋਈ ਕੰਪਲੇਂਟ ਵਗੈਰਾ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ? ਨਹੀਂ, ਅਜਿਹੀ ਗੱਲ ਇੱਥੇ ਆਪਣੇ ਕੋਈ ਸਾਹਮਣੇ ਨਹੀਂ ਆਈ। ਨਹੀਂ ਆਈ ਸਰ। ਕਿਸ ਸ਼ਾਰਪ ਵੈਪਨ 'ਤੇ ਜਿਹੜਾ ਹੈਗਾ ਹਮਲਾ ਕੀਤਾ ਸੀਗਾ? ਨਹੀਂ ਜੀ, ਇਹ ਬਲੰਟ ਵੈਪਨ ਸੀਗਾ ਜੋ ਮੌਕੇ ਤੋਂ ਸਾਨੂੰ ਮੁਲਾਜ਼ੇ ਤੋਂ ਵੀ ਪਤਾ ਲੱਗਿਆ ਸੀ ਬੋਡੀ ਦਾ, ਪਰ ਬਾਅਦ ਜਦੋਂ ਅਸੀਂ, ਕਿਉਂਕਿ ਦੋਸ਼ੀ ਕੁਛ ਘੰਟਿਆਂ 'ਚ ਅਸੀਂ ਗ੍ਰਿਫਤਾਰ ਕਰ ਲਏ ਸੀਗੇ ਅਤੇ ਉਹਨਾਂ ਦੀ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਉੱਥੇ ਜਿਹੜਾ ਘਰ ਸਿਲੰਡਰ ਪਿਆ ਸੀਗਾ, ਗੈਸ ਸਿਲੰਡਰ, ਉਹਦੇ ਨਾਲ ਹੀ ਇਹਨਾਂ ਨੇ ਕਤਲ ਕੀਤਾ ਹੈਗਾ। ਕਹਿੰਦੇ ਸਰ, ਇਹ ਪੂਰੀ ਪਲੈਨਿੰਗ ਦੇ ਤਹਿਤ ਹੋਇਆ ਜਾਂ ਫਿਰ ਅਚਾਨਕ ਪਹਿਲਾਂ ਬਹਿਸਬਾਜ਼ੀ ਹੋ ਕੇ ਸਾਰੀ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਛ ਆਇਆ? ਨਹੀਂ, ਥੋੜ੍ਹਾ ਜਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ, ਥੋੜ੍ਹੇ ਜਿਹੇ ਇਹਨਾਂ ਦਾ ਤਕਰਾਰ ਤਾਂ ਛੋਟੀ ਗੱਲ ਨੂੰ ਲੈ ਕੇ ਚੱਲ ਰਿਹਾ ਸੀਗਾ, ਪਰ ਉਸ ਸਮੇਂ ਮਤਲਬ ਇਹਨਾਂ ਦੀ ਜ਼ਿਆਦਾ ਬਹਿਸਬਾਜ਼ੀ ਹੋ ਗਈ ਅਤੇ ਗੱਲ ਇੱਥੋਂ ਤੱਕ ਜਿਹੜੀ ਹੈ ਪਹੁੰਚ ਗਈ। ਅਤੇ ਕਿੰਨੇ ਕੁ ਵਜੇ ਦਾ ਸਮਾਂ ਜਿਹੜਾ ਇਹਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਉੱਥੋਂ ਫਿਰ ਫਰਾਰ ਹੋ ਗਏ? ਇਹ ਕੱਲ੍ਹ ਸੁਬਹਾ 4-5 ਵਜੇ ਦੇ ਕਰੀਬ ਜੀ ਇਹਨਾਂ ਨੇ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਅਤੇ ਉੱਥੋਂ ਫਰਾਰ ਹੋ ਗਏ ਸੀਗੇ, ਕਿੱਥੋਂ ਗ੍ਰਿਫਤਾਰੀ ਹੋਈ ਹੈ ਇਹਨਾਂ ਦੀ? ਹਾਂਜੀ, ਇਹ ਉੱਥੋਂ ਆਪਣੀ ਕਾਰ ਦੇ ਵਿੱਚ ਫਰਾਰ ਹੋ ਗਏ ਸੀਗੇ, ਜਿਹੜਾ ਇਹ ਲੜਕਾ ਅਕਿਊਜ਼ਡ ਹੈਗਾ ਅਮਨ, ਇਹਦੀ ਆਪਣੀ ਕਾਰ ਦੇ ਵਿੱਚ ਉੱਥੋਂ ਫਰਾਰ ਹੋ ਗਏ ਸੀਗੇ। ਉਸ ਤੋਂ ਬਾਅਦ ਇਹਨਾਂ ਨੂੰ ਨਯਾ ਗਾਉਂ ਤੋਂ ਜਿਹੜਾ ਹੈਗਾ ਸਾਡੀ ਟੀਮ ਨੇ ਗ੍ਰਿਫਤਾਰ ਕੀਤਾ। ਅਤੇ ਸਰ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਇਆ ਜਿਹੜਾ ਅਮਨ ਹੈ, ਕੋਈ ਪ੍ਰੋਫਾਈਲ ਉਹਦੀ ਕ੍ਰਿਮੀਨਲ ਹੈ ਕਿ ਸਾਹਮਣੇ ਆਈ? ਨਹੀਂ, ਐਸ ਸੱਚ ਕ੍ਰਿਮੀਨਲ ਪ੍ਰੋਫਾਈਲ ਤਾਂ ਕੋਈ ਨਹੀਂ ਆਈ ਜੀ। ਇਹ ਵੀ ਸਿਮਿਲਰ ਏਜ ਗਰੁੱਪ, 21-22 ਸਾਲ ਦਾ ਲੜਕਾ ਹੈਗਾ ਅਤੇ BA ਦੀ ਪੜ੍ਹਾਈ ਕਰਦਾ ਸੀਗਾ ਕਿਸੇ ਓਪਨ ਯੂਨੀਵਰਸਿਟੀ 'ਚ, ਤਾਂ ਕ੍ਰਿਮੀਨਲ ਪ੍ਰੋਫਾਈਲ ਐਸ ਸੱਚ ਕੋਈ ਨਹੀਂ। ਕੋਈ ਹੋਰ ਵੀ ਸ਼ਾਮਿਲ ਇਹਦੇ ਵਿੱਚ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਸਰ ਜਾਂ ਨਹੀਂ? ਨਹੀਂ ਜੀ, ਸਾਡੀ ਤਫਤੀਸ਼ ਦੇ ਮੁਤਾਬਕ ਅਤੇ ਇਹ ਦੋਨੋਂ ਹੀ ਜਾਣੇ ਸੀਗੇ ਜਿਹੜੇ ਇਸ ਕਤਲ ਦੀ ਵਾਰਦਾਤ 'ਚ। ਪੋਸਟਮਾਰਟਮ ਸਰ ਫੈਮਿਲੀ ਨੂੰ ਹੈਂਡਓਵਰ ਕਰਤੀ ਬੋਡੀ? ਹਾਂਜੀ, ਅੱਜ ਪੋਸਟਮਾਰਟਮ ਹੋ ਰਿਹਾ ਜੀ। FIR ਅਸੀਂ ਕੱਲ੍ਹ ਤੁਰੰਤ ਹੀ ਦਰਜ ਕਰ ਦਿੱਤੀ ਸੀਗੀ, ਅੱਜ ਪੋਸਟਮਾਰਟਮ ਹੋ ਕੇ ਫੈਮਿਲੀ ਨੂੰ ਹੈਂਡਓਵਰ ਕਰ ਦਿੱਤਾ। ਕਿਉਂਕਿ ਸਰ ਜਿਹੜਾ ਰੂਮ ਹੈ ਤੁਸੀਂ ਵੀ ਪੂਰਾ ਮੁਆਇਨਾ ਕੀਤਾ ਕ੍ਰਾਈਮ ਸੀਨ ਦਾ, ਉਹਦੇ 'ਚ ਸ਼ਰਾਬ ਦੀ ਬੋਟਲਸ ਔਰ ਉਹ ਵੀ ਗਲਾਸਿਸ ਵਗੈਰਾ ਵੀ ਮਿਲੇ ਸੀਗੇ?
ਹਾਂਜੀ, ਜਿਵੇਂ ਮੈਂ ਤੁਹਾਨੂੰ ਦੱਸਿਆ, ਉਹਨਾਂ ਨੇ ਆਪਣੀ ਪੁੱਛਗਿੱਛ 'ਚ ਦੱਸਿਆ ਕਿ ਇਹ ਤਿੰਨੋਂ ਕੱਲ੍ਹ ਪਰਸੋਂ ਸ਼ਾਮ ਨੂੰ ਇਕੱਠੇ ਹੋਏ ਸੀਗੇ, ਤਾਂ ਉੱਥੇ ਆਪਣਾ ਡਿਨਰ ਵਗੈਰਾ ਇਹਨਾਂ ਨੇ ਇਕੱਠੇ ਹੀ ਕੀਤਾ, ਤਾਂ ਇਹ ਤਿੰਨੋਂ ਇਕੱਠੇ ਹੀ ਸੀਗੇ ਜੀ।